ਇਹ ਆ ਜੀ ਅੱਬੂਪੁਰਾ ਪਿੰਡ ਜਿਹੜੀ ਸਾਈਡ ਆਪਣੀ ਹੈ ਨਾ ਤੇ ਕੰਮ ਚੱਲ ਰਿਹਾ ਤੇ ਕਿਚਨ ਦਾ ਚਲੋ ਚੱਲਦੇ ਮੈਂ ਛੋਟੀ ਆ ਕਿਚਨ ਤੇ ਦਿਖਾਉਣੇ ਤੁਹਾਨੂੰ ਇਹ ਆ ਜੀ ਫਰੰਟ ਇਹਦਾ ਗਲਾਈ ਚ ਬਣਿਆ ਸਾਰਾ ਇਹ ਆ ਜੀ ਇਹ ਪਾਏ ਲਿਆਣੇ ਹੈ ਨਾ ਪੂਰਾ ਟੋਲ ਜਾ ਕੇ ਸਵਾਗਤ ਹੋਣ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਫੇਰ ਸਵਾਗਤ ਆ ਤੇ ਸਵੇਰ ਦਾ ਟਾਈਮ ਹੋ ਗਿਆ ਜੀ 8:30 ਆਪਾਂ ਚੱਲੇ ਆ ਫੈਕਟਰੀ ਫਿਲ ਫੈਕਟਰੀ ਜਾ ਕੇ ਤੇ ਫੇਰ ਆਪਣਾ ਪ੍ਰੋਗਰਾਮ ਹੈਗਾ ਅੱਜ ਲੁਧਿਆਣੇ ਦਾ ਨਾ ਲੁਧਿਆਣਾ ਖੰਨਾ ਤੇ ਜਗਰਾਓ ਤੋਂ ਲੁਧਿਆਣੇ ਤੇ ਇੱਕ ਮਾਛੀਵਾੜਾ ਚਾਰ ਪੰਜ ਥਾਵਾਂ ਤੇ ਆਪਾਂ ਜਾਣਾ ਵਾ ਇੱਕ ਮੂਰਤ ਆ ਉੱਥੇ ਜਾਣਾ ਵਾ ਤੇ ਇੱਕ ਦੋ ਸਮਾਨ ਚੇਂਜ ਕਰਾ ਕੇ ਲਿਆਉਣੇ ਲੁਧਿਆਣੇ ਅੱਜ ਸਾਰਾ ਦਿਨ ਤੁਹਾਨੂੰ ਲੁਧਿਆਣੇ ਦਾ ਟੂਰ ਹੀ ਚੱਲੂਗਾ ਹੈ ਨਾ ਤੇ ਕੱਬੂਪੁਰੇ ਕਿਚਨ ਚੱਲਦੀ ਉੱਥੇ ਮੁੰਡੇ ਛੱਡ ਕੇ ਜਾਣੇ ਹੈ ਨਾ ਤੇ ਚਲੋ ਆਪਾਂ ਚੱਲਦੇ ਫੈਕਟਰੀ ਤੇ ਫਿਰ ਨਿਕਲਦੇ ਹੈ ਨਾ ਆਪਾਂ ਤੇ ਸੂਰਜ ਅੱਜ ਧੁੱਪ ਵਧੀਆ ਲੱਗੀ ਆ ਮਤਲਬ ਮੌਸਮ ਠੀਕ ਆ ਨਾ ਵਾਲੀ ਧੁੱਪ ਤੇਜ਼ ਆ ਨਾ ਬੱਦਲ ਜੇ ਇਹ ਵੀ ਹੈਗੇ ਆ ਥੋੜ੍ਹੇ ਥੋੜ੍ਹੇ ਤੇ ਚਲੋ ਜੀ ਨਿਕਲਦੇ ਫਿਰ ਪਹਿਲੇ ਤੋਂ ਮੋਟਰਸਾਈਕਲ 'ਤੇ ਜਾਂਦੇ ਗੱਡੀ ਵੱਜ ਜਾਵਾਂਗੇ ਬਲੈਰੋ 'ਤੇ ਆਪਾਂ ਉੱਥੋਂ ਲਓ ਜੀ ਪਹੁੰਚ ਗਈ ਸੰਗਤ ਗੱਡੀ ਆ ਗਈ ਅਤੇ ਆਪਾਂ ਪਹੁੰਚ ਗਏ ਫੈਕਟਰੀ ਅਤੇ ਰੱਖਦੇ ਸਮਾਨ ਅਤੇ ਫਿਰ ਨਿਕਲਦੇ ਹੈ ਨਾ ਚੱਲਦੇ ਅੱਜ ਪਹਿਲਾਂ ਅੱਬੂਪੁਰੇ ਜਾਣਾ ਸਮਾਨ ਲੈ ਕੇ ਫਿਰ ਆਪਾਂ ਚੱਲਾਂਗੇ ਲੁਧਿਆਣੇ ਇਹ ਆ ਜੀ ਅੱਬੂਪੁਰਾ ਪਿੰਡ ਜਿਹੜੀ ਸਾਈਡ ਆਪਣੀ ਹੈ ਨਾ ਅਤੇ ਕੰਮ ਚੱਲ ਰਿਹਾ ਇੱਥੇ ਕਿਚਨ ਦਾ ਚਲੋ ਚੱਲਦੇ ਮੈਂ ਛੋਟੀ ਆ ਕਿਚਨ ਅਤੇ ਦਿਖਾਉਣੇ ਤੁਹਾਨੂੰ ਇਹ ਆ ਜੀ ਫਰੰਟ ਇਹਦਾ ਗਲਾਈ ਚ ਬਣਿਆ ਸਰ ਕਿਚਨ ਜਿਹੜੀ ਆਪਾਂ ਲਾ ਰਹੇ ਹਾਂ ਇੱਥੇ ਹੈ ਨਾ ਕੰਪਿਊਟਰ ਬਣਿਆ ਸੈਂਟਰ ਇਹ ਜਿਹੜੀ ਤੁਸੀਂ ਜਿੱਦਾਂ ਦੇਖ ਰਹੇ ਸੀ ਇਹ ਹੈਗੀ ਸੀ ਜੀ ਅੱਬੂਪੁਰੇ ਹੈ ਨਾ ਅੱਬੂਪੁਰੇ ਸਿੱਧਾ ਮੈਂ ਬੇਟ ਦੇ ਬਿਲਕੁਲ ਕੋਲੇ ਹੀ ਅਤੇ ਹੁਣ ਆਪਾਂ ਚੱਲ ਪਏ ਹਾਂ ਲੁਧਿਆਣੇ ਨੂੰ ਲੁਧਿਆਣੇ ਪਹਿਲਾਂ ਮੂਰਤ 'ਤੇ ਜਾਣਾ ਇੱਕ ਹੈ ਨਾ ਸ਼ੋਰੂਮ ਬਣਾਇਆ ਸੀ ਨਵਾਂ ਅਤੇ ਮੂਰਤ ਦੇ ਮੂਰਤ ਤੋਂ ਮਗਰੋਂ ਫਿਰ ਅਗਾਂਹ ਜਿਹੜੀਆਂ ਵਿਜ਼ਿਟਾਂ ਕਰਨੀਆਂ ਜਾਂ ਇੱਕ ਦੋ ਕੰਮ ਲੁਧਿਆਣੇ ਕੁਝ ਸਮਾਨ ਵਾਪਸ ਕਰਨਾ ਉੱਥੇ ਹੈ ਨਾ ਅਤੇ ਚਲੋ ਚੱਲਦੇ ਅੱਜ ਫਿਰ ਸਾਰਾ ਦਿਨ ਆਪਾਂ ਤੁਹਾਨੂੰ ਦਿਖਾਉਣੇ ਲੁਧਿਆਣਾ ਪਹੁੰਚ ਗਿਆ ਜੀ ਲੁਧਿਆਣੇ ਅਤੇ ਕੁਝ ਸਮਾਨ ਪਿਆ ਜੀ ਵਿੱਚ ਫਿਰ ਗੱਡੀ 'ਚ ਰੱਖ ਲਈਏ ਕਿਉਂਕਿ ਰੋਡ ਦੇ ਉੱਤੇ ਗੱਡੀ ਕਰਨੀ ਮਗਰੋਂ ਲੈ ਹੀ ਨਹੀਂ ਜਾਣ ਭੜਕਾ ਕੇ ਕੋਈ ਅਤੇ ਉਹ ਸਾਹਮਣੇ ਆਪਾਂ ਜਾਣਾ ਨਾਸ਼ਤੇ ਦੇ ਵਿੱਚ ਮਿਲ ਰਹੀਆਂ ਪੂੜੀਆਂ ਹੈ ਪੂੜੀਆਂ ਤਾਂ ਮਗਰੋਂ ਵਾਰੀ ਆ ਗਈ ਟਿੱਕੀ ਦੀ ਹੈ ਨਾ ਇੱਧਰ ਪਾਓ ਭਾਜੀ ਅਤੇ ਗੋਲ ਗੱਪੇ ਹੈ ਨਾ ਆਪਾਂ ਇਕੱਲੇ ਇਹੀ ਖਾਣੇ ਆ ਟਿੱਕੀ ਖਾ ਕੇ ਤਾਂ ਚੱਲਦੇ ਹੈ ਨਾ ਫਿਰ ਉੱਧਰ ਤੁਹਾਨੂੰ ਦਿਖਾਉਣੇ ਆ ਸ਼ੋਰੂਮ ਦੇ ਵਿੱਚ ਕਿਹੜੀ ਕਿਹੜੀ ਡਿਸਪਲੇ ਲੱਗੀ ਆ ਜੀ ਸ਼ੋਰੂਮ ਚਲੋ ਚੱਲਦੇ ਅੰਦਰ ਤੁਹਾਨੂੰ ਦਿਖਾਉਣੇ ਆ ਕਿਹੜੀ ਕਿਹੜੀ ਚੀਜ਼ ਡਿਸਪਲੇ ਲਾਈ ਇਹਨਾਂ ਨੇ ਲੈਣਾ ਲੈਣਾ ਭਾਂਡੇ ਜਿਹੜਾ ਜਿਹੜੇ ਨਵੇਂ ਉਹ ਜਿਹੜੇ ਆਪਾਂ ਲੈ ਸਕਦੇ ਹਾਂ ਇਹ ਆ ਇੱਕ ਮਾਡਲ ਕਾਫੀ ਵਧੀਆ ਬਣੀ ਕਿਚਨ ਵੀ ਹੈ ਨਾ ਕਲਰ ਵੀ ਘੈਂਟ ਹੈ ਇਹਦਾ ਦੇਖ ਲਓ ਜੀ ਕਿਚਨ ਹੈ ਨਾ ਇੱਕ ਬਾਸਕਟਸ ਲੱਗੀਆਂ ਹੋਈਆਂ ਵਾ ਸ਼ਟਰ ਲੱਗਾ ਹੋਇਆ ਵਾ ਨਾਲੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਇਹਨਾਂ ਦੇ ਇਹ ਇਹ ਆਏ ਆਪੇ ਖੁੱਲ ਜਾਂਦਾ ਆਪੇ ਨਾਲ ਸਨੈਪਚੈਟ ਇਹ ਅੱਜ ਕਿਚਨ ਦੇਖ ਲਓ ਨਾ ਚਲੋ ਤੁਹਾਨੂੰ ਗਾਂਹ ਵੀ ਦਿਖਾਉਣੇ ਨਾ ਇਹ ਆ ਗਏ ਜੀ ਓਵਨ ਮੈਕਰੋਵੇਵ ਵਰਲਪੂਲ ਦੇ ਅਤੇ ਇਹ ਆ ਗਏ ਅਲੀਕਾ ਦੀਆਂ ਚਿਮਨੀਆਂ ਅਤੇ ਅੱਗੇ ਗੱਲ ਕਰਦੇ ਹਾਂ ਆਪਾਂ ਅਤੇ ਕ੍ਰੰਪਟਨ ਆ ਗਈ ਇਹ ਆਈ ਕ੍ਰੰਪਟਨ ਦੇ ਜੀ ਆਪਾਂ ਸ਼ੋਰੂਮ ਤੋਂ ਹੋ ਗਏ ਇਹਨਾਂ ਦੇ ਆ ਗਏ ਹੈ ਨਾ ਅਤੇ ਮੂਰਤ ਕਾਫੀ ਵਧੀਆ ਸੀ ਹੈ ਨਾ ਕਾਫੀ ਨਵੇਂ ਨਵੇਂ ਪ੍ਰੋਡਕਟ ਆਏ ਆ ਅਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੁਹਾਡਾ ਨਵਾਂ ਕੁਛ ਐਡ ਵੀ ਕਰਾਂਗੇ ਅਤੇ ਹੁਣ ਆਪਾਂ ਇੱਥੇ ਸਾਈਡ ਵਿਜ਼ਿਟ ਕਰਨੀ ਟਾਈਮ 12 ਦੇ ਨੇੜੇ ਹੋ ਗਿਆ ਅਤੇ ਚਲੋ ਪਹਿਲਾਂ ਕਰਦੇ ਆਪਾਂ ਸਾਈਡ ਵਿਜ਼ਿਟ ਅਤੇ ਇਹਨਾਂ ਨੇ ਇੱਕ ਗਿਫਟ ਵੀ ਦਿੱਤਾ ਉਹ ਬਾਅਦ 'ਚ ਖੋਲ੍ਹ ਕੇ ਵਿਖਾਵਾਂਗੇ ਤੁਹਾਨੂੰ ਪਤਾ ਨਹੀਂ ਕੀ ਇਹ ਵੀ ਅਜੇ ਖੋਲ੍ਹਿਆ ਨਹੀਂ ਉੱਥੇ ਘਰ ਜਾ ਕੇ ਖੋਲ੍ਹਾਂਗੇ ਹੁਣ ਵਾਪਸ
ਕੋਠੀ ਜਿੱਥੇ ਆਪਾਂ ਵਿਜ਼ਿਟ ਕੀਤਾ ਲੁਧਿਆਣੇ ਹੈ ਨਾ, ਕਾਫੀ ਵੱਡੀ ਬਣੀ ਹੋਈ ਆ। ਇਹ ਆਪਣੀ ਚੌਰ ਦੀ ਦਲੀ ਗੱਡੀ ਹੈ ਜੀ, ਕੋਠੀ ਵੇਖ ਲਓ ਨਾ ਕਲੋਨੀ ਦੇ ਅੰਦਰ, ਤੇ ਬਾਹਰ ਹਾਈਵੇ ਦੇ ਨੇੜੇ ਪੈ ਜਾਂਦੀ ਹੈ ਜਲੰਧਰ ਦਿੱਲੀ ਵਾਲੇ ਦੇ। ਤੇ ਚਲੋ ਚੱਲਦੇ ਹੁਣ ਆਪਾਂ, ਹਨਾ ਹੁਣ ਆਪਾਂ ਜਾਣਾ ਗੈਲਰੋਂ ਇੱਕ ਟੂਲ ਜੇ ਪਾਏ ਕਰਨੇ ਥੋੜੇ ਜਿਹੇ, ਤੇ ਨਾਲੇ ਡਰਿੱਲਾਂ ਬਣਾਉਣੀ। ਅੱਛਾ ਕਾਬਲ ਟੂਲ ਦੇ ਅੱਜ ਹਨਾ, ਇਹ ਟੂਲ ਲੈਣ ਤੁਸੀਂ ਲੁਧਿਆਣੇ ਵੇਖ ਲਓ, ਵਾਧੂ ਹੈਗੇ ਨਾ। ਹਾਂ ਸਾਰੇ ਵੇਖੋ ਕਿੰਨੇ ਟੂਲ ਹੀ ਟੂਲ, ਹਾਂ ਵੁੱਡ ਵਰਕ ਲਿਆ ਵੀ ਹੈਗੇ ਜੇ ਤੁਸੀਂ ਲੈਣੇ ਹਨਾ। ਵਾਹ ਵਾਹ ਕੁਛ ਨਵਾਂ ਕੋਈ ਆਇਆ ਵਾ, ਪਰ ਆਪਣੇ ਮਤਲਬ ਦਾ ਜਿੰਨਾ ਕੁ ਆਪਾਂ ਲੈ ਚੱਲੇ। ਦੇਖ ਲਓ ਇਹ ਹੈਗੇ ਲੁਧਿਆਣੇ ਕਾਬਲ ਟੂਲ ਵਾਲੇ। ਕਾਬਲ ਟੂਲ ਵਾਲਿਆਂ ਤੋਂ ਆਪਾਂ ਆ ਗਏ ਹਾਂ ਜੀ, ਇੱਕ ਲੁਧਿਆਣੇ ਵਿਜਿਟ ਕਰਨੀ ਸੀ, ਫੋਨ ਆ ਗਿਆ ਸੀ ਮਗਰ ਉਹਨਾਂ ਨੇ ਅੱਜ ਫੋਨ ਕੀਤਾ ਸੀ, ਤਾਂ ਦੇਖ ਜਾਓ ਕਿਚਨ, ਅਤੇ ਆਪਾਂ ਉਹ ਕਿਚਨ ਦੇਖ ਲਈਏ, ਅਤੇ ਕਿੰਨਾ ਪਾਣੀ ਲੈਣ ਗਿਆ ਵਾ, ਅਤੇ ਬਾਅਦ 'ਚ ਆਪਾਂ ਜਾਣਾ ਖੰਨੇ। ਕਾਬਲ ਟੂਲ ਵਾਲਿਆਂ 'ਤੇ ਦੋ ਟ੍ਰੇਲਰ ਰਿਪੇਅਰ ਕਰਾਉਣੀ ਦਿੱਤੇ, ਬਾਕੀ ਟੂਲ ਆਪਾਂ ਲੈ ਲਿਆ ਕੁਛ ਨਾ, ਅਤੇ ਚਲੋ ਚੱਲਦੇ ਹਾਂ ਪਹਿਲੋਂ ਆਪਾਂ ਵਿਜ਼ਿਟ ਕਰਦੇ, ਫਿਰ ਟੋ ਆਪਾਂ ਲੈ ਕੇ ਦੋਵੇਂ ਡਰਿੱਲਾਂ, ਅਤੇ ਫਿਰ ਚੱਲਦੇ ਹਾਂ ਖੰਨੇ। ਖੰਨੇ ਵਾਲੀ ਵਿਜ਼ਿਟ ਕਰਕੇ ਸ਼ਾਇਦ ਮਾਛੀਵਾੜ ਜਾਣਾ ਜੀ, ਮੈਨੂੰ ਲੱਗਦਾ ਵੀ ਅੱਜ ਟਾਈਮ ਤਾਂ 3:30 ਹੋ ਗਏ, ਬਹੁਤ ਟਾਈਮ ਲੱਗ ਗਿਆ ਉੱਥੇ, ਅਤੇ ਵੇਖਦੇ ਹਾਂ ਫਿਰ ਜਿਵੇਂ ਵੀ ਹੁੰਦਾ ਵਾ, ਫਿਰ ਉਸ ਹਿਸਾਬ ਨਾਲ ਜੋ ਵੀ ਪਲੈਨ ਬਣਦਾ ਤੁਹਾਨੂੰ ਦੱਸਦੇ ਹਾਂ ਨਾ। ਕੁਛ ਜੇ ਖੰਨੇ ਵਾਲੀ ਦਾ ਵਿਜ਼ਿਟ ਕਰਾਂਗੇ ਬਣਾਉਣ ਦੀ ਕੋਸ਼ਿਸ਼ ਹੋ ਜਾਵੇ, ਬਾਕੀ ਦੇਖਦੇ ਕੀ ਬਣਦਾ। ਇਹ ਆ ਜੀ ਕੋਠੀ ਜਿਹੜੀ ਆਪਾਂ ਸਾਈਡ ਵਿਜ਼ਿਟ ਕਰਨਾ ਜੀ, ਕੋਰਨਰ ਵਾਲਾ ਪਲਾਟ ਆ ਤੁਹਾਨੂੰ ਦਿਖਾਉਣਾ, ਇੱਧਰੋਂ ਫਰੰਟ ਵਿਊ ਇਹਦਾ, ਇੱਧਰੋਂ ਆ ਜੀ ਜਿਹੜਾ ਵਿਊ। ਤਿੰਨ ਮੰਜ਼ਿਲੀ ਆ, ਚਾਰ, ਚਲੋ ਚੱਲਦੇ ਅੰਦਰ। ਇਹ ਜਿਹੜੀ ਤੁਸੀਂ ਕੋਠੀ ਦੇਖ ਰਹੇ ਸੀ, ਇਹ ਹੈਗੀ ਸੀ ਲੁਧਿਆਣੇ, ਅਤੇ ਚਾਰ ਮੰਜ਼ਿਲੀ ਕੋਠੀ ਆ, ਕਿਚਨ ਵੀ ਕਾਫੀ ਵੱਡੀ ਹੈ ਇਹਨਾਂ ਦੀ, ਅਤੇ ਪ੍ਰੋਪਰ ਸਾਈਜ਼ ਵਗੈਰਾ ਆਪਾਂ ਲੈ ਲਿਆ ਨਾ, ਅਤੇ ਤੁਹਾਨੂੰ ਦਿਖਾਵਾਂਗੇ ਫਿਰ ਆਪਾਂ ਇਹਦਾ ਡਿਜ਼ਾਇਨ ਵੀ ਬਣਾਵਾਂਗੇ ਹੁਣ, ਡਿਜ਼ਾਇਨ ਬਣਾਉਣ ਤੋਂ ਮਗਰ ਇਹਨਾਂ ਨੂੰ ਆਪਾਂ ਫਾਈਨਲ ਕਰ ਲਵਾਂਗੇ ਹੈ ਨਾ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਕਾਬਲ ਟੂਲ ਦੇ, ਜਿਹੜਾ ਰਹਿੰਦਾ ਉਹਨਾਂ ਦਾ ਡਰਿੱਲਾਂ ਸ਼ਾਇਦ ਰਿਪੇਅਰ ਕਰਤੀਆਂ ਹੁਣ, ਅਤੇ ਉਹ ਜਾ ਕੇ ਫੜ ਦਈਏ ਨਾ ਆਪਾਂ, ਕਿਉਂਕਿ ਉਹ ਜ਼ਰੂਰੀ ਆ, ਇੱਕ ਟ੍ਰੈਫਿਕ ਹੋਣੀ ਰਹਿੰਦੀ ਲੁਧਿਆਣੇ ਜੀ। ਕਾਬਲ ਟੂਲ ਤੋਂ ਆਪਾਂ ਕਰਾ ਕੇ ਡਰਿੱਲਾਂ ਰਿਪੇਅਰ, ਅਤੇ ਚੱਲ ਪਏ ਹਾਂ ਖੰਨੇ ਵੱਲ ਨੂੰ, ਅਤੇ ਖੰਨੇ ਦੇਖੋ ਹੁਣ ਕਿੰਨੇ ਚਿਰ 'ਚ ਪਹੁੰਚਿਆ ਜੀ ਬਾਜ਼ਾਰ 'ਚ, ਜਾਂ ਤਾਂ ਟਾਈਮ 4:30 ਤਾਂ ਹੋ ਗਿਆ, 4, ਹਾਂ 4:30 ਦਾ ਪੂਰਾ ਟਾਈਮ ਹੋ ਗਿਆ ਵਾ, ਅਤੇ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਵਾ ਜਾਣ 'ਤੇ, ਕਿਉਂਕਿ ਬਾਜ਼ਾਰ 'ਚ ਟ੍ਰੈਫਿਕ ਵੀ ਹੈਗਾ ਥੋੜ੍ਹਾ ਜਿਹਾ, ਕੋਸ਼ਿਸ਼ ਆ ਕਿ ਜਲਦੀ ਮੁੜਨ ਦੀ, ਅਤੇ 1-2 ਕੰਮ ਜਿਹੇ ਲੁਧਿਆਣੇ ਹੋਰ ਰਹਿੰਦੇ ਸੀਗੇ, ਉਹ ਵੀ ਦੇਖਦੇ ਜੇ ਜਿੰਨੇ ਕੁ ਹੋ ਗਏ ਠੀਕ, ਨਹੀਂ ਤਾਂ ਚੱਲਾਂਗੇ ਵਾਪਸ ਰਾਤ ਨੂੰ। ਪਿੰਡ ਗੋਹ, ਅਤੇ ਖੰਨੇ ਤੋਂ ਪਹਿਲਾਂ ਹੀ ਅਸੀਂ ਮੁੜ ਗਏ ਸੀ, ਅਤੇ ਕਾਫੀ ਪਿੰਡ ਜਿਹੜੇ ਨਿਕਲੇ ਆ ਪਿੱਛੇ ਜੀ ਹੈ ਨਾ, ਸਲੌਦੀ ਆ ਗਿਆ ਨਾ, ਰਹਾਓ ਸਲੌਦੀ ਹੁੰਦੇ ਹੋਏ ਅਸੀਂ ਗੋਹ ਜਾਣਾ, ਕੌੜੀ, ਕੌੜੀ, ਹਾਂ ਕੌੜੀ ਵੀ ਆਇਆ ਸੀ, ਕੌੜੀ ਦਾ ਬੋਰਡ ਵੀ ਆਇਆ ਸੀ, ਕਈ ਪਿੰਡ ਆ ਖੰਨੇ ਦੇ ਨਾਲ ਨਾਲ, ਅਸੀਂ ਸਾਰੇ ਪਿੰਡ ਹੁੰਦੇ ਹੋਏ ਅਤੇ ਆਪਾਂ ਚੱਲੇ ਹਾਂ ਜੀ ਹੁਣ ਗੋਹ, ਅਤੇ ਰਹਿ ਕਿੰਨੇ ਕਿਲੋਮੀਟਰ, 4 ਕਿਲੋਮੀਟਰ ਰਹਿ ਗਿਆ, ਅਤੇ ਬਸ ਆਪਾਂ ਜਾ ਕੇ ਤੁਹਾਨੂੰ ਦਿਖਾਉਣੇ ਫਿਰ ਕੇ ਜਾਂ ਕਿੱਦਾਂ ਦਾ ਘਰ ਆ ਜਾਂ ਕਿਵੇਂ ਵੀ ਆ, ਜੇ ਪਹਿਲੀ ਵਾਰ ਚੱਲੇ ਦੇਖਦੇ ਜਾ ਕੇ ਹਨਾ। ਆਪਾਂ ਪਹੁੰਚ ਗਏ ਹਾਂ ਜੀ ਪਿੰਡ ਗੋਹ, ਇਹ ਆ ਜਿਹੜਾ ਸਰਕਾਰੀ ਸਕੂਲ ਗੋਹ ਦਾ, ਅਤੇ ਸਾਹਮਣੇ ਆ ਗਿਆ ਪਿੰਡ, ਅਤੇ ਆਪਾਂ ਪੁੱਛ ਗਏ ਹਾਂ ਡਰੈਸ ਨੂੰ, ਫਿਰ ਚੱਲਦੇ ਹਾਂ ਅਗਲੇ ਦੇ ਘਰ ਹੈ ਨਾ। ਇਹ ਆ ਜੀ ਪਿੰਡ ਗੋਹ, ਪਿੰਡ ਦੇਖ ਲਓ ਜੀ, ਜਿਹੜਾ ਇਸ ਏਰੀਏ ਦਾ ਉਹ ਦੇਖ ਸਕਦਾ ਨਾ, ਅਤੇ ਕਮੈਂਟ ਜ਼ਰੂਰ ਕਰਿਓ ਜਿਹੜਾ ਇਸ ਏਰੀਏ ਦਾ ਦੇਖਦਾ ਪਿਆ। ਗੋਹ ਦਾ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਜੀ, ਕੋਠੀ ਜਿੱਥੇ ਆਪਾਂ ਕਿਚਨ ਦੇਖਣ ਆਏ ਹੈ ਨਾ, ਚਲੋ ਚੱਲਦੇ ਅੰਦਰ ਦਿਖਾਉਣੇ ਤੁਹਾਨੂੰ ਕਿਚਨ ਕਿਹਾ ਕੋਠੀ ਜੀ, ਕਿਚਨ ਪਿੰਡ ਗੋਹ ਦੀ, ਇਹ ਜਿਹੜੀ ਆਪਾਂ ਦੇਖ ਰਹੇ ਕਾਫੀ ਵੱਡੀ ਕਿਚਨ ਹੈ ਨਾ, ਅਤੇ ਸਲੈਬ ਵਗੈਰਾ ਪਾਈ ਹੈ, ਜੇ ਵੈਸੇ ਨਾ ਪਾਈ ਹੁੰਦੀ ਤਾਂ ਜ਼ਿਆਦਾ ਵਧੀਆ ਬਣਦੀ, ਚਲੋ ਪਾਈ ਦਾ ਤਾਂ ਵੀ ਆਪਾਂ ਕੁਛ ਨਾ ਕੁਛ ਵਧੀਆ ਕਰਕੇ ਬਣਾਵਾਂਗੇ ਡਿਜ਼ਾਇਨ ਦਾ, ਦੇਖ ਲਓ ਜੀ। ਅੱਛਾ ਅੱਛਾ ਠੀਕ ਹੈ ਸਰ, ਰੋਟੀ ਖਾਣੀ ਆਉਂਦੇ ਹੈ, ਹਾਂ ਇੱਧਰ ਵੀ ਬੈਠੇ 2 ਯਾਰ, ਵਾਹ ਵਾਹ ਹੈ ਨਾ, ਮੋਰ ਬੜੇ ਵਧੀਆ ਤੁਹਾਡੇ, ਯਾਰ ਸਾਡੇ ਤਾਂ ਕਦੇ ਵੇਖਣ ਨੂੰ ਨਹੀਂ ਲੱਭਦੇ। ਜਿਹੜੀ ਤੁਸੀਂ ਕਿਚਨ ਦੇਖ ਰਹੀ ਹੈਗੀ ਹੈ ਜੀ ਪਿੰਡ ਗੋਹ, ਅਤੇ ਕਿਚਨ ਦੇ ਨਾਲ ਨਾਲ ਤੁਹਾਨੂੰ ਮੋਰ ਵੀ ਦਿਖਾਏ ਹੈ ਨਾ ਆਪਾਂ,
ਹੋਰ ਵੀ ਵਾਹਵਾ ਪੰਛੀ ਪੁੰਛੀ ਯਾਰ ਇਹ ਪਿੰਡ ਚ ਵਾਹਵਾ ਹੀ ਸੀ ਨਾ ਇੱਥੇ ਜਿਵੇਂ ਉਹ ਮਾਛੀ ਵਾਲੇ ਇੱਧਰ ਰਹੇ ਦਾ ਨਾ ਸਮਾਨ ਏਰੀਏ ਪਹਿਲਾਂ ਜੰਗਲ ਰਿਹਾ ਕਰਕੇ ਲਾ ਜਾਂ ਇੱਥੇ ਨੀਲੋ ਨਹਿਰ ਵੀ ਨੇੜੇ ਪੈ ਜਾਂਦੀ ਥੋੜ੍ਹੀ ਹੈ ਨਾ ਸ਼ਾਇਦ ਉਹਦੇ ਕਰਕੇ ਲਾ ਲਾ ਜਾਂ ਕਿਵੇਂ ਵੀ ਪਰ ਆਪਣੇ ਏਰੀਏ ਚ ਹੈ ਨੀ ਮੋਰ ਮਾਰ ਤਾਂ ਕਦੇ ਵੇਖਣ ਨੂੰ ਨੀ ਲੱਗਦਾ ਆਪਣੇ ਚ ਪਰ ਇੱਥੇ ਤਾਂ ਵਾਧੂ ਹੈਗੇ ਆ ਮੋਰ ਵੀ ਇਹਦੇ ਨਾਲ ਹੋਰ ਵੀ ਕਈ ਪੰਛੀ ਪੰਛੀ ਨਾ ਅੰਕਲ ਇਹਦਾ ਯਾਰ ਰੋਟੀ ਰਾਟੀ ਖਾਣ ਆ ਜਾਂਦੇ ਇੱਥੇ ਤਾਂ ਘਰੇ ਰੋਟੀ ਪਾ ਦੇਈ ਦੀ ਹੈ ਨਾ ਡੇਬੀਆਂ ਘੁੰਮਾਉਂਦੇ ਆ ਅਤੇ ਵਧੀਆ ਲੱਗਦਾ ਨਾ ਆਪਣੇ ਆਪਣੇ ਤਾਂ ਘੱਟ ਹੀ ਆਉਂਦੇ ਚਲੋ ਠੀਕ ਆ ਹੁਣ ਚੱਲਦੇ ਇੱਕ ਪਿੰਡ ਕਿਹੜੇ ਪਿੰਡ ਦਾਊਦ ਜਾਣਾ ਆਪਾਂ ਦੌਦਪੁਰ ਦੌਦਪੁਰ ਚੱਲਿਆ ਜੀ ਦੌਦ ਅਤੇ ਉੱਥੇ ਵੀ ਇੱਕ ਇਹਨਾਂ ਦੀ ਰਿਸ਼ਤੇਦਾਰੀ ਆ ਹਾਂ ਅਤੇ ਉਹਨਾਂ ਦੇ ਵੀ ਇੱਕ ਕਿਚਨ ਦੇਖਣੀ ਆਪਾਂ ਅਤੇ ਚਲੋ ਚੱਲਦੇ ਆ ਫਿਰ ਹੈ ਨਾ ਕੋਠੀ ਦੌਦਪੁਰ ਅਤੇ ਬਾਹਰ ਦਾ ਵਿਊ ਅਤੇ ਚਲੋ ਚੱਲਦੇ ਆ ਆਪਾਂ ਅੰਦਰ ਤੁਹਾਨੂੰ ਦਿਖਾਉਣੇ ਕਿਚਨ ਜਿਹੜੀ ਆਪ ਤੁਸੀਂ ਦੇਖ ਰਹੇ ਦੌਦਪੁਰ ਦੀ ਹੈ ਨਾ ਕਿਚਨ ਇਹ ਵੀ ਕਾਫੀ ਵੱਡੀ ਹੈ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਉਹਨਾਂ ਦੇ ਰਿਸ਼ਤੇਦਾਰੀ ਆ ਹੈ ਨਾ ਅਤੇ ਇਹਦਾ ਵੀ 3D ਪਲੈਨ ਬਣਾਵਾਂਗੇ ਫਿਰ ਤੁਹਾਨੂੰ ਦਿਖਾਉਣੇ ਆਪਾਂ ਲੁਧਿਆਣੇ ਹੈ ਨਾ ਲੁਧਿਆਣੇ ਐਂਟਰ ਕਰ ਗਏ ਟ੍ਰੈਫਿਕ ਪੈਣਾ ਸ਼ੁਰੂ ਹੋ ਗਿਆ ਵਾ ਹੁਣ ਹੈ ਨਾ ਅਤੇ ਦਰਿਆ ਵਾਲੀ ਨਹਿਰ ਦੇ ਨਾਲ ਨਾਲ ਆ ਰਹੇ ਹਾਂ ਅਤੇ ਆਪਾਂ ਹੁਣ ਜਾਵਾਂਗੇ ਸਿੱਧਵਾਂ ਬੇਟ ਕੋਲ ਜਿਹੜਾ ਹਾਬੂਪੁਰ ਪਿੰਡ ਜਿੱਥੇ ਸਵੇਰੇ ਮੁੰਡਿਆਂ ਨੂੰ ਛੱਡਿਆ ਸੀ ਉੱਥੇ ਅਤੇ ਉਹਨਾਂ ਨੂੰ ਜਾ ਕੇ ਚੱਕ ਦੇਣਾ ਉੱਥੋਂ ਅਤੇ ਫਿਰ ਉਹਨਾਂ ਦਾ ਮੇਰੇ ਪੁੱਛਦੇ ਫੋਨ ਲੱਗ ਗਿਆ ਕਿੰਨਾ ਕੰਮ ਰਹਿ ਗਿਆ ਮੇਰੇ ਨਾਲ ਥੋੜ੍ਹੇ ਰਹਿ ਗਏ ਹੋਣਾ ਅਤੇ ਟਾਈਮ ਮੋਸਟਲੀ ਵਾਹਵਾ ਹੀ ਹੋ ਗਿਆ ਹੈ ਨਾ 7:05 ਹੋ ਗਏ ਹੈ ਨਾ ਅਤੇ ਚਲੋ ਚੱਲਦੇ ਫਿਰ ਆਪਾਂ ਜੀ ਟਾਈਮ ਹੋ ਗਿਆ ਬਸ 8:21 ਅਤੇ ਆਪਾਂ ਪਹੁੰਚ ਗਏ ਪਿੰਡ ਹਾਬੂਪੁਰ ਹੈ ਨਾ ਜਿੱਥੇ ਸਵੇਰੇ ਮੁੰਡਿਆਂ ਲਾਏ ਅਤੇ ਚਲੋ ਚੱਲਦੇ ਆਪਾਂ ਦਿਖਾਉਣੇ ਤੁਹਾਨੂੰ ਕਿੰਨੀ ਕੁ ਕਿਚਨ ਦੇ ਮਿਹਨਤ ਸੀ ਇਹਨਾਂ ਨੇ ਅਤੇ ਕਿੰਨਾ ਕੰਮ ਰਹਿ ਗਿਆ ਉਹਨਾਂ ਦੇ ਕੀ ਕਰਦਾ ਹੈ ਨਾ ਇਹ ਕਿਚਨ ਜਿਹੜੀ ਆਪਣੀ ਹਾਬੂਪੁਰ ਇਹਦਾ ਥੋੜ੍ਹਾ ਜਿਹਾ ਕੰਮ ਰਹਿ ਗਿਆ ਇਹ ਕਾਊਂਟਰ ਬਣਿਆ ਜੀ ਆਈਲੈਂਡ ਅਤੇ ਆ ਸਾਹਮਣੇ ਨਾ ਇਹ ਆਪਾਂ ਥੋੜ੍ਹਾ ਜਿਹਾ ਜਦੋਂ ਵੀ ਹੈਗਾ ਤੈਨੂੰ ਕਰਕੇ ਫਿਨਿਸ਼ ਅਤੇ ਸਵੇਰੇ ਦਾ ਕੰਮ ਫਾਈਨਲ ਕਰ ਦਾਂਗੇ ਇਹਦਾ ਆਪਾਂ ਅਤੇ ਚਲੋ ਚੱਲਦੇ ਨਿੱਕਾ ਮੋਟਰਸਾਈਕਲ ਲੈ ਕੇ ਅਤੇ ਫਿਰ ਚੱਲਦੇ ਆਪਾਂ ਹੈ ਨਾ ਪਹੁੰਚ ਗਿਆ ਕੋਟੀ ਸੇਖਾ ਨਾ ਇਹ ਇੱਕ ਛੋਟਾ ਜਿਹਾ ਢਾਬਾ ਹੈਗਾ ਅਤੇ ਆਪਾਂ ਚੱਲਦੇ ਇਹਦੇ ਅੰਦਰ ਅਤੇ ਕੱਲ੍ਹ ਜਿਹੜਾ ਫੂਡ ਕੋਰਨਰ ਹੈ ਅਤੇ ਰੋਟੀ ਖਾਈਏ ਭੁੱਖ ਵਾਹਵਾ ਲੱਗੇ ਨਾ ਅਤੇ ਸਮਾਨ ਮਗਰ ਗੱਡੀ 'ਤੇ ਭਰਿਆ ਪਿਆ ਅਤੇ ਚਲੋ ਚੱਲੀਏ ਅੰਦਰ ਫਿਰ ਨਾ ਟਾਈਮ ਵੀ ਵਾਹਵਾ 10:00 ਲੇਟ ਹੋ ਗਏ ਰੋਟੀ ਤੋਂ ਕੀ ਆ ਰੋਟੀ ਇਹਦੇ ਕਿਹੜਾ ਪਤਾ ਨਹੀਂ ਕਿਹੜਾ ਪਨੀਰ ਚਿੱਲੀ ਪਨੀਰ ਲੱਗਦਾ ਮੈਨੂੰ ਕਿਹਾ ਤਾਂ ਕੜਾਹੀ ਸੀ ਹਾਂ ਇਹਦਾ ਦਾਲ ਮੱਖਣੀ ਕਿ ਫਰਾਈ ਅਤੇ ਬਾਕੀ ਬੰਦੇ ਗੰਢੇ ਖਾ ਗਏ ਚਲੋ ਛੱਡੀਏ ਫਿਰ ਚੱਲਦੇ ਰੋਟੀ ਖਾ ਲਈ ਆਪਾਂ ਅਤੇ ਹੁਣ ਚੱਲਦੇ ਹਾਂ ਆਪਾਂ ਘਰੇ ਹੈ ਨਾ ਅਤੇ 10 ਮਿੰਟ ਦਾ ਰਸਤਾ 10 ਮਿੰਟਾਂ 'ਚ ਆਪਾਂ ਚਲੇ ਜਾਣਾ ਹੈ ਨਾ ਲਾਵਾਂ ਇੰਨਾ ਨੂੰ ਰਾਹ 'ਚ ਅਤੇ 10 ਮਿੰਟ ਤੱਕ ਆਪਾਂ ਚਲੇ ਜਾਣਾ ਘਰੇ ਜੀ ਟਾਈਮ ਵੱਜ ਗਏ 11 ਪੂਰੇ 11:00 ਅਤੇ ਆਪਾਂ ਪਹੁੰਚ ਗਏ ਘਰੇ ਅਤੇ ਅੱਜ ਦੇ ਵਲੋਗ ਦਾ ਆਪਾਂ ਕਰਦੇ ਐਂਡ ਪਹਿਲੋਂ ਸੁਣਾਓ ਅੱਜ ਦਾ ਵਲੋਗ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਥੋੜ੍ਹਾ ਹਨੇਰਾ ਹੋ ਜਾਂਦਾ ਇੱਧਰ ਨੇ ਹਾਂ ਠੀਕ ਹੈ ਨਾ ਬਾਹਰ ਲਾਈਟਾਂ ਬੰਦ ਨਾ ਗੇਟ ਬੰਦ ਕਰ ਲਾ ਫਿਰ ਕਰਦੇ ਗੱਲ ਆਪਾਂ ਹਾਂਜੀ ਅੱਜ ਦੇ ਵਲੋਗ ਦਾ ਫਿਰ ਆਪਾਂ ਕਰਦੇ ਇੱਥੇ ਸਮਾਪਤੀ ਹੈ ਨਾ ਘਰੇ ਪਹੁੰਚ ਗਏ ਅਤੇ ਰੋਟੀ ਆਪਾਂ ਖਾ ਲਈ ਹੈ ਨਾ ਅਤੇ ਇਹ ਇੱਕ ਗਿਫਟ ਆ ਚੱਲ ਦੇਖਦੇ ਹਾਂ ਜੇ ਤਾਂ ਸਾਰੇ ਸੌਂ ਗਏ ਫਿਰ ਨਹੀਂ ਇਹ ਓਪਨ ਕਰਾਂਗੇ ਨਹੀਂ ਤਾਂ ਇਹਨੂੰ ਜੇ ਇਸੇ ਵਲੋਗ 'ਚ ਜਾਂਦੇ ਉੱਪਰ ਤਾਂ ਵਲੋਗ ਕਰਾਂਗੇ ਐਂਡ ਅਤੇ ਠੀਕ ਹੈ ਫਿਰ ਤਾਂ ਅਗਲੇ ਵਲੋਗ ਦੇ ਵਿੱਚ ਜੇ ਉੱਪਰ ਨਾ ਸੁੱਤੇ ਤਾਂ ਫਿਰ ਆਪਾਂ ਇਹਨੂੰ ਓਪਨ ਕਰਕੇ ਦੇਖਦੇ ਹਾਂ ਨਾ ਅਤੇ ਚਲੋ ਠੀਕ ਹੈ ਫਿਰ ਮਿਲਦੇ ਅਗਲੇ ਵਲੋਗ ਦੇ ਵਿੱਚ ਅੱਜ ਦਾ ਵਲੋਗ ਥੋੜ੍ਹਾ ਲੰਬਾ ਸੀਗਾ ਸਾਰਾ ਜੇ ਤੁਸੀਂ ਦੇਖਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਹੁਣ ਤੱਕ ਤੁਸੀਂ ਵੀਡੀਓ ਮਿਲਦੇ ਫਿਰ ਨੈਕਸਟ ਵਲੋਗ 'ਚ ਕੱਲ੍ਹ ਨੂੰ ਫਿਰ ਦੇਖਦੇ ਕੀ ਕੀ ਕਰਨਾ ਹੈ ਨਾ ਓਕੇ ਜੀ ਬਾਏ।